ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜਾ ਮਹੱਲਾ ਚੌਥਾ। ਹਉ ਬਲਹਾਰੀ ਤਿਨ ਕਉ ਮੇਰੀ ਜਿੰਦੜੀਏ, ਜਿਨ ਹਰਿ ਹਰਿ ਨਾਮ ਆਧਾਰੁ ਰਾਮ। ਹੇ ਸਾਡੀ ਜਿੰਦੜੀਏ ਜਿੰਦ ਜਾਨ, ਮੈਂ ਉਹਨਾਂ ਤਾਈਂ ਬਲਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਕੇਵਲ ਹਰ ਹਰੇਕ ਨੂੰ ਹਰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੜੀਏ, ਬਿਖ ਭੌਜਲ ਤਾਰਨ ਹਾਰੋ ਰਾਮ। ਹੇ ਮੇਰੀ ਜਿੰਦੇ, ਗੁਰ ਪੂਜਨੀਕ ਸਤਿਗੁਰਾਂ ਨੇ ਵੀ ਉਹਨਾਂ ਨੂੰ ਹੀ ਨਾਮ ਦ੍ਰਿੜ ਕਰਵਾਇਆ ਹੈ ਜੋ ਪਰਮੇਸ਼ਰ ਦਾ ਨਾਮ ਬਿਖ ਵਿਹਰੂ ਭੌਜਲ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਜਿਨ ਇੱਕ ਮਨ ਹਰਿ ਧਿਆਇਆ ਮੇਰੀ ਜਿੰਦੜੀਏ, ਤਿਨ ਸੰਤ ਜਨਾ ਜੈ ਕਾਰੋ ਰਾਮ। ਹੇ ਮੇਰੀ ਸਾਡੀ ਜਿੰਦੜੀਏ, ਜਿਨ੍ਹਾਂ ਨੇ ਇੱਕ ਮਨ ਇਕਾਗਰ ਮਨ ਨਾਲ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ, ਉਹਨਾਂ ਰਾਮ ਪਰਮੇਸ਼ਰ ਦੇ ਸੰਤ ਜਨਾ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸਦਾ ਜੈ ਜੈਕਾਰ ਹੈ। ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਸਾਡੀ ਜਿੰਦੜੀਏ ਜਿੰਦੇ, ਜਿਨ੍ਹਾਂ ਨੇ ਹਰੀ ਨਾਮ ਨੂੰ ਜਪਿਆ ਹੈ ਉਹਨਾਂ ਨੇ ਹੀ ਸੁੱਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ, ਕਿਉਂਕਿ ਰਾਮ ਪਰਮੇਸ਼ਰ ਦਾ ਨਾਮ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਹੇ ਮੇਰੀ ਸਾਡੀ ਜਿੰਦੜੀਏ ਜਿੰਦੇ, ਉਹ ਰਸਨਾ ਜੀਭਾ ਧਨ ਧਨ ਧਨਤਾ ਦੇ ਯੋਗ ਹੈ ਜਿਹੜੀ ਰਾਮ ਰਮੇ ਹੋਏ ਹਰੀ ਪ੍ਰਭੂ ਦੇ ਗੁਣਾਂ ਤਾਈਂ ਗਾਉਂਦੀ ਹੈ। ਤੇ ਸਰਵਨ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਹੇ ਸਾਡੀ ਜਿੰਦੜੀਏ ਜਿੰਦੇ, ਉਹ ਸਰਵਣ ਭਾਵ ਕੰਨ ਵੀ ਬਹੁਤ ਭਲੇ ਚੰਗੇ ਪਿਆਰੇ ਆ, ਸ਼ੋਭਨੀਕ ਸ਼ੋਭਾ ਵਾਲੇ ਹਨ। ਹਰੇਕ ਨੂੰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਜੋ ਤੇਰੇ ਕੀਰਤਨ ਜਸ ਨੂੰ ਸੁਣਦੇ ਆ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਹੇ ਮੇਰੀ ਜਿੰਦੜੀਏ ਜਿੰਦੇ, ਉਹ ਸੀਸ ਸਿਰ ਭਲਾ ਚੰਗਾ ਅਤੇ ਪਵਿੱਤਰ ਪਾਵਨ ਪਵਿੱਤਰ ਤੋਂ ਵੀ ਪਵਿੱਤਰ ਹੈ ਜਿਹੜਾ ਜਾ ਕਰਕੇ ਰਾਮ ਪਰਮੇਸ਼ਰ ਸਰੂਪ ਸਤਿਗੁਰਾਂ ਦੇ ਪੈਰੇ ਚਰਨਾਂ ਵਿੱਚ ਲੱਗਦਾ ਹੈ। ਗੁਰ ਵਿਟ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰਿ ਹਰਿ ਨਾਮ ਚ ਤੇਰੇ ਰਾਮ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਸਾਡੀ ਜਿੰਦੇ, ਮੈਂ ਆਪਣੇ ਸਤਿਗੁਰਾਂ ਉੱਪਰੋਂ ਵਾਰਿਆ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਰਾਮ ਪਰਮੇਸ਼ਰ ਸਰੂਪ ਗੁਰਾਂ ਨੇ ਮੈਨੂੰ ਪਰਮੇਸ਼ਰ ਦਾ ਰਾਮ ਨਾਮ ਚੇਤੇ ਕਰਾਇਆ, ਸਿਮਰਨ ਕਰਵਾਇਆ ਹੈ। ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ,
ਜਿਉਂ ਸਾਧੂ ਸਤਿਗੁਰ ਦੇਖੈ ਰਾਮ। ਇਹ ਸਾਡੀ ਜਿੰਦੇ ਉਹ ਨੇਤਰ ਚੰਗੇ ਅਤੇ ਪ੍ਰਵਾਨਿਕ ਹਨ, ਸਫਲੇ ਹਨ, ਜਿਹੜੇ ਸਾਧੂ ਸ੍ਰੇਸ਼ਟ ਸੰਤ ਜਨਾਂ ਅਤੇ ਰਾਮ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਦੇਖਦੇ ਹਨ। ਅਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ। ਹਾਂ ਉਹ ਹੈ ਸਾਡੀ ਜਿੰਦੇ, ਉਹ ਹਸਤ ਹੱਥ ਵੀ ਪੁਨੀਤ ਪਵਿੱਤਰ ਤੋਂ ਪਵਿੱਤਰ ਹਨ, ਜਿਹੜੇ ਰਮੇ ਹੋਏ ਰਾਮ ਪਰਮੇਸ਼ਰ ਦੇ ਹਰੇ ਭਰੇ ਕਰਨ ਵਾਲੇ ਹਰੀ ਜਸ ਨੂੰ ਲੇਖੈ ਭਾਵ ਲਿਖਦੇ ਆ। ਕਿਉਂਕਿ ਪਹਿਲਾਂ ਲਿਖਣ ਦੀ ਬਹੁਤ ਕੋਈ ਪ੍ਰੈਸ ਵਗੈਰਾ ਪ੍ਰਿੰਟ ਨਹੀਂ ਹੋਇਆ ਕਰਦੇ ਸਨ, ਅਤੇ ਲਿਖਿਆ ਹੀ ਕਰਦੇ ਸਨ। ਬਾਣੀ ਦੇ ਗੁਟਕਾ ਸਾਹਿਬ ਲਿਖ ਕੇ ਦੇਣੇ, ਕਿਸੇ ਨੂੰ ਨਿਤਨੇਮ ਦਾ ਗੁਟਕਾ ਲਿਖ ਕੇ ਦੇਣਾ ਬਹੁਤ ਵੱਡਾ ਪੁੰਨਾ ਨਾਲੋਂ ਵੱਡਾ ਪੁੰਨ ਸਮਝਿਆ ਜਾਂਦਾ ਹੈ। ਹੁਣ ਵੀ ਜਿਨ੍ਹਾਂ ਨੂੰ ਸ਼ੌਂਕ ਹੈ, ਜਿਨ੍ਹਾਂ ਦੇ ਕਰਮਾਂ ਭਾਗਾਂ ਵਿੱਚ ਇਹ ਸੇਵਾ ਸਤਿਗੁਰਾਂ ਲਿਖੀ, ਉਹ ਕਰਦੇ ਹਨ ਗੁਰਬਾਣੀ ਲਿਖਣ ਦੀ ਸੇਵਾ। ਕਿਉਂਕਿ ਗੁਰਬਾਣੀ ਲਿਖਣ ਨਾਲ ਸਾਡੇ ਬਹੁਤ ਕਾਰਜ ਸਫਲੇ ਹੁੰਦੇ ਹਨ। ਜਦੋਂ ਅਸੀਂ ਗੁਰਬਾਣੀ ਲਿਖਦੇ ਹਾਂ, ਇੱਕ ਤਾਂ ਸਾਡੇ ਹੱਥ ਸਫਲੇ ਹੁੰਦੇ ਹਨ, ਦੂਸਰਾ ਸਾਨੂੰ ਗੁਰਬਾਣੀ ਕੰਠ ਬਹੁਤ ਜਲਦੀ ਹੁੰਦੀ ਆ। ਮਹਾਂਪੁਰਖ ਕਿਹਾ ਕਰਦੇ ਹਨ ਕਿ ਗੁਰਬਾਣੀ ਜਿਹੜਾ ਸ਼ਬਦ ਕੰਠ ਨਾ ਹੋਵੇ, ਉਸ ਨੂੰ ਲਿਖ ਕਰਕੇ ਯਾਦ ਕਰਿਆ ਕਰੋ, ਜਲਦੀ ਕੰਠ ਹੋ ਜਾਂਦਾ। ਸੋ ਬਿਲਕੁਲ ਇਸੇ ਤਰ੍ਹਾਂ ਹੀ ਆ, ਜੋ ਸਾਧੂ ਸਤਿਗੁਰ ਦੇਖੈ ਰਾਮ, ਜੋ ਹਰ ਜਸ ਹਰ ਹਰ ਲੇਖੈ ਰਾਮ, ਅਤੇ ਪਵਿੱਤਰ ਹਰੀ ਦੇ ਹਰ ਹਰ ਜਸ ਨੂੰ ਜੋ ਹੱਥ ਲਿਖਦੇ ਆ, ਉਹ ਵੀ ਪਵਿੱਤਰ ਆ। ਤਿਸ ਜਨ ਕੇ ਪਗ ਨਿਤ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ। ਹੇ ਸਾਡੀ ਜਿੰਦੇ, ਉਸ ਜਨ ਪੁਰਸ਼ ਦੇ ਪਗ ਚਰਨਾਂ ਨੂੰ ਨਿਤਾ ਪ੍ਰਤੀ ਪੂਜਣਾ ਕਰੀਏ, ਜਿਹੜੇ ਪੈਰ ਪਰਮੇਸ਼ਰ ਦੀ ਆਗਿਆ ਅਨੁਸਾਰ ਧਰਮ ਦੇ ਮਾਰਗ ਰਸਤੇ ਉੱਪਰ ਚਲੇ ਸੇ ਚੱਲਦੇ ਆ, ਧਰਮ ਨੂੰ ਧਾਰਨ ਕਰਕੇ ਭਾਉ ਭਗਤੀ ਸਾਧ ਸੰਗਤ ਦੇ ਰਸਤੇ ਉੱਪਰ ਚੱਲਦੇ। ਨਾਨਕ ਤਿੰਨ ਵਿਟਹੋ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇ ਸਹਿ ਰਾਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਸਾਡੀ ਜਿੰਦੇ, ਮੈਂ ਉਹਨਾਂ ਉੱਪਰੋਂ ਵਾਰਿਆ ਕੁਰਬਾਨ ਜਾਂਦਾ ਜੋ ਰਾਮ ਪਰਮੇਸ਼ਰ ਦੇ ਹਰੀ ਨਾਮ ਨੂੰ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ, ਹਰੀ ਨਾਮ ਨੂੰ ਹਿਰਦੇ ਅੰਦਰ ਪਰਪੱਕ ਕਰਨ ਰੂਪ ਮਨੇਸਹਿ ਭਾਵ ਮੰਨਦੇ ਆ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤਿਆ ਵੈ ਰਾਮ। ਹੇ ਮੇਰੀ ਸਾਡੀ ਜਿੰਦੇ, ਫਿਰ ਉਹਨਾਂ ਸ਼ਰਵਣ ਮੰਨਣ ਵਾਲੇ ਗੁਰਮੁਖਾਂ ਅੰਦਰ ਐਸਾ ਖਿੜਾ ਪ੍ਰਕਾਸ਼ ਆ ਜਾਂਦਾ ਕਿ ਉਹਨਾਂ ਨੂੰ ਜੋ ਧਰਤੀ ਪਾਤਾਲ ਅਤੇ ਆਕਾਸ਼ ਆਦਿ ਤੱਤ ਆ, ਇਹ ਸਾਰੇ ਹਰ ਹਰ ਪਰਮੇਸ਼ਰ ਦਾ ਰਾਮ ਨਾਮ ਧਿਆਉਂਦੇ ਹੋਏ ਪ੍ਰਤੀਤ ਹੁੰਦੇ ਆ। ਧਰਤੀ ਪਾਤਾਲ ਅਤੇ ਆਕਾਸ਼ ਦੇ ਸਾਰੇ ਜੀਵ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਆ। ਧਰਤੀ ਪਾਤਾਲ ਅਤੇ ਆਕਾਸ਼ ਆਦਿ ਦੇ ਅਧਿਅਖ ਅਭਿਮਾਨੀ ਦੇਵਤੇ ਵੀ ਸਾਰੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਹੋਏ।
ਜੋ ਬਹੁਤ ਹੀ ਤਪੱਸਵੀ ਅਤੇ ਮਹਾਨ ਵਿਦਵਾਨ ਸਨ। ਇੱਕ ਦਿਨ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਇਸ ਉਪਰੋਕਤ ਤੁਕ ਨੂੰ ਪੜ੍ਹਿਆ, ਜਿਸ ਨੂੰ ਸੁਣ ਕੇ ਸੁਣਨ ਵਾਲਿਆਂ ਕੁਝ ਸਿੰਘਾਂ ਵਿੱਚ ਕੁਝ ਸਵਾਲ ਪੈਦਾ ਹੋਇਆ ਕਿ ਇਹ ਸਭ ਤਾਂ ਜੜ ਵਸਤੂਆਂ ਹਨ, ਇਹ ਨਾਮ ਕਿਵੇਂ ਜਪਦੀਆਂ ਵਾ ਅਤੇ ਕਿਵੇਂ ਜਪ ਸਕਦੀਆਂ। ਤਦ ਉਹਨਾਂ ਨੇ ਮਹਾਂਪੁਰਖਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਜੋ ਅੱਜ ਆਪ ਜੀ ਨੇ ਕਥਾ ਕਰਦਿਆਂ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਵਾਲੀ ਪੰਕਤੀ ਦਾ ਜ਼ਿਕਰ ਕੀਤਾ ਹੈ ਕਿ ਜੜ ਚੀਜ਼ਾਂ ਵੀ ਨਾਮ ਧਿਆ ਰਹੀਆਂ, ਫਿਰ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ, ਪਰ ਸਾਡਾ ਇਹ ਸਵਾਲ ਹੈ ਕਿ ਇਹ ਜੜ ਵਸਤੂਆਂ ਪਰਮੇਸ਼ਰ ਦਾ ਨਾਮ ਕਿਵੇਂ ਧਿਆ ਸਕਦੀਆਂ। ਤਦ ਸੁਣ ਕੇ ਮਹਾਂਪੁਰਖਾਂ ਨੇ ਕਿਹਾ ਕਿ ਹੇ ਭਾਈ, ਸਤਿਗੁਰਾਂ ਦੀ ਬਾਣੀ ਤਾਂ ਤਿੰਨੇ ਕਾਲ ਹੀ ਸੱਤ ਸਰੂਪ ਹੈ। ਜੋ ਵੀ ਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਉਸ ਉੱਪਰ ਕੋਈ ਵੀ ਸ਼ੰਕਾ ਨਹੀਂ ਹੋਣੀ ਚਾਹੀਦੀ, ਪਰ ਫਿਰ ਵੀ ਜੇ ਤੁਸੀਂ ਸੱਚਮੁੱਚ ਆਪ ਦੇਖਣਾ ਚਾਹੁੰਦੇ ਹੋ ਤਾਂ ਫਿਰ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋ। ਫਿਰ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਾਂਗੇ। ਉਹਨਾਂ ਨੇ ਸਭ ਸਿੰਘਾਂ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਸਣੇ ਕੇਸ਼ੀ ਇਸ਼ਨਾਨ ਕਰਕੇ 40 ਦਿਨ ਬਹੁਤ ਪ੍ਰੇਮ ਨਾਲ ਅਭਿਆਸ ਕਰੋ। ਸਭ ਸਿੰਘਾਂ ਨੇ ਇਸੇ ਪ੍ਰਕਾਰ ਕੀਤਾ। ਜਦੋਂ 40 ਦਿਨ ਪੂਰੇ ਹੋ ਗਏ ਤਦ ਮਹਾਂਪੁਰਖ ਆਪ ਉਹਨਾਂ ਸਿੰਘਾਂ ਨਾਲ ਭਿੰਡਰੀ ਅਕਾਲ ਕੁਟੀਆ ਅੰਦਰ ਗਏ। ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਅੰਦਰ ਜਾ ਕੇ ਮਹਾਂਪੁਰਖਾਂ ਨੇ ਕਿਹਾ ਕਿ ਖਾਲਸਾ ਜੀ, ਗੁਰੂ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜਾਣ ਕੇ ਭਰੋਸੇ ਨਾਲ ਮੱਥਾ ਟੇਕੋ ਅਤੇ ਆਪਣੀ ਬੇਨਤੀ ਕਰੋ। ਸਿੰਘਾਂ ਨੇ ਬਚਨ ਮੰਨ ਕੇ ਮੱਥਾ ਟੇਕਿਆ ਅਤੇ ਆਪਣੇ ਸਵਾਲ ਦੀ ਬੇਨਤੀ ਕੀਤੀ। ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਦਸਾਂ ਹੀ ਪਾਤਸ਼ਾਹੀਆਂ ਦੇ ਦਰਸ਼ਨ ਹੋਏ। ਸਾਰੇ ਸਿੰਘ ਪ੍ਰੇਮ ਵਿੱਚ ਭਿੱਜ ਗਏ, ਫਿਰ ਦਸੇ ਸਰੂਪ ਪ੍ਰਕਾਸ਼ ਵਿੱਚ ਬਦਲ ਗਏ, ਨਿਰਾਕਾਰ ਹੋ ਗਏ, ਕੇਵਲ ਪ੍ਰਕਾਸ਼ ਹੀ ਬਾਕੀ ਰਿਹਾ। ਫਿਰ ਪ੍ਰਕਾਸ਼ 10 ਰੂਪਾਂ ਤੋਂ ਇੱਕ ਰੂਪ ਹੋ ਗਿਆ। ਤਦ ਉਸ ਪ੍ਰਕਾਸ਼ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਗਏ। ਇਹ ਅਸਚਰਜ ਕੌਤਕ ਵੇਖ ਕਰਕੇ ਸਭ ਅਸਚਰਜ ਹੋ ਗਏ। ਫਿਰ ਮਹਾਂਪੁਰਖਾਂ ਨੇ ਕਿਹਾ ਕਿ ਸਿੰਘੋ, ਹੁਣ ਕੰਧਾਂ ਨਾਲ ਕੰਨ ਲਾ ਕੇ ਸੁਣੋ। ਜਿਸ ਵੇਲੇ ਕੰਧਾਂ ਨਾਲ ਕੰਨ ਲਾਏ ਤਾਂ ਉਸ ਵਿੱਚੋਂ ਮੂਲ ਮੰਤਰ ਦੀ ਆਵਾਜ਼ ਆ ਰਹੀ ਸੀ। ਫਿਰ ਦਰਵਾਜ਼ਿਆਂ ਨਾਲ ਕੰਨ ਲਾਏ ਅਤੇ ਉਸ ਵਿੱਚੋਂ ਗੁਰਮੰਤਰ ਦੀ ਆਵਾਜ਼ ਵਾਹਿਗੁਰੂ 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 ਇਹ ਆ ਰਹੀ ਸੀ। ਵਾਰ ਵਾਰ ਕੰਨ ਲਾਏ ਪਰ ਨਾਮ ਦੀ ਹੀ ਧੁਨੀ ਚੱਲ ਰਹੀ ਸੀ। ਸਾਰੇ ਸਿੰਘ ਆਨੰਦ ਵਿੱਚ ਇੰਨੇ ਮਸਤ ਹੋ ਗਏ ਕਿ ਖਾਣ ਪੀਣ ਦਾ ਤਾਂ ਕੀ ਬਲਕਿ ਸਰੀਰ ਦਾ ਹੀ ਚੇਤਾ ਭੁੱਲ ਗਿਆ। ਰੋਮ ਰੋਮ ਵਿੱਚੋਂ ਵਾਹਿਗੁਰੂ ਮੰਤਰ ਦਾ ਜਾਪ ਹੋਣ ਲੱਗ ਪਿਆ। ਫਿਰ ਮਹਾਂਪੁਰਖਾਂ ਨੇ ਕਿਹਾ ਕਿ ਆਓ ਸਤਿਗੁਰਾਂ ਅੱਗੇ ਮਸਤਕ ਟੇਕੋ। ਜਦ ਮੱਥਾ ਟੇਕਿਆ ਤਾਂ ਸਰੀਰਕ ਸ਼ੁੱਧੀ ਪਹਿਲਾਂ ਵਾਂਗ ਹੋ ਗਈ। ਮਹਾਂਪੁਰਸ਼ਾਂ ਨੇ ਪੁੱਛਿਆ ਕਿ ਭਾਈ, ਤੁਸੀਂ ਕਹਿੰਦੇ ਸੀ ਕਿ ਧਰਤੀ ਪਾਤਾਲ ਆਕਾਸ਼ ਆਦਿ ਜੜ ਵਸਤੂਆਂ ਕਿਵੇਂ ਨਾਮ ਜਪ ਸਕਦੀਆਂ, ਪਰ ਹੁਣ ਤਾਂ ਤੁਸੀਂ ਪ੍ਰਤੱਖ ਹੀ ਵੇਖ ਲਿਆ। ਫਿਰ ਕਹਿੰਦੇ ਕਿ ਜਦ ਬੱਚਾ ਛੋਟਾ ਹੁੰਦਾ ਤਾਂ ਉਸਦਾ ਪਿਤਾ ਜਾਂ ਵੱਡਾ ਭਾਈ ਉਸਨੂੰ ਆਪਣੇ ਮੋਢਿਆਂ ਉੱਪਰ ਚੁੱਕ ਕੇ ਮੇਲਾ ਵਿਖਾਉਂਦਾ, ਪਰ ਅਸਲ ਆਨੰਦ ਉਸਨੂੰ ਉਦੋਂ ਆਉਂਦਾ ਜਦੋਂ ਆਪ ਵੱਡਾ ਹੋ ਕੇ ਦੇਖਣ ਯੋਗ ਹੋ ਜਾਂਦਾ। ਸੋ ਤੁਸਾਂ ਨੇ ਇੱਕ ਵਾਰ ਇਹ ਆਨੰਦ ਵੇਖ ਲਿਆ ਹੈ,
ਹੁਣ ਤੁਸੀਂ ਆਪ ਨਾਮ ਅਭਿਆਸ ਕਰਕੇ ਇਸ ਅਵਸਥਾ ਦੇ ਅਧਿਕਾਰੀ ਬਣੋ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਆਪ ਪ੍ਰਤੱਖ ਕਰਕੇ ਉਹਨਾਂ ਸਿੰਘਾਂ ਦੇ ਸਵਾਲ ਦਾ ਜਵਾਬ ਦਿੱਤਾ। ਜੋ ਵੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਉਹ ਸਭ ਕੁਝ ਹੀ ਸੱਤ ਹੈ, ਪਰ ਜੇਕਰ ਸਾਡੀ ਭੇਦਵਾਦੀ ਬੁੱਧ ਹੋਣ ਕਰਕੇ ਸਮਝ ਵਿੱਚ ਨਾ ਆਵੇ ਤਾਂ ਗੁਰਬਾਣੀ ਉੱਪਰ ਸ਼ੰਕਾ ਨਹੀਂ ਕਰਨੀ ਚਾਹੀਦੀ। ਸੋ ਕਿਸੇ ਗੁਰਮੁਖ ਪਿਆਰੇ ਜਾਂ ਕਿਸੇ ਸੰਪਰਦਾਇ ਤੋਂ ਅਰਥ ਭਾਵ ਸਮਝ ਲੈਣਾ ਚਾਹੀਦਾ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ। ਹੇ ਸਾਡੀ ਜਿੰਦੇ, ਪੌਣ ਹਵਾ ਪਾਣੀ ਜਲ ਬੈਸੰਤਰੋ ਅੱਗ ਪਿਛਲੀ ਤੁਕ ਵਿੱਚ ਧਰਤੀ ਆਕਾਸ਼ ਆਦਿ ਪੰਜੇ ਤੱਤ, ਪੰਜਾਂ ਤੱਤਾਂ ਵਿੱਚ ਰਹਿਣ ਵਾਲੇ ਜੀਵ, ਪੰਜਾਂ ਤੱਤਾਂ ਦੇ ਅਭਿਮਾਨੀ ਦੇਵਤੇ, ਨਿਤਾ ਪ੍ਰਤੀ ਰਮੇ ਹੋਏ ਹਰ ਪਰਮੇਸ਼ਰ ਦੇ ਹਰ ਹਰ ਜਸ ਨੂੰ ਗਾਉਂਦੇ ਹਨ। ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ। ਹੇ ਸਾਡੀ ਜਿੰਦੇ, ਵਣ ਜੰਗਲ ਦੇ ਵੱਡੇ ਬ੍ਰਿਸ਼ਾਂ ਤੋਂ ਲੈ ਕੇ ਤ੍ਰਿਣ ਘਾਹ ਦੇ ਕਿਣਕਿਆਂ ਤੱਕ ਸਾਰੇ ਜਿੰਨੇ ਵੀ ਆਕਾਰ ਹਨ ਉਹ ਮੂੰਹੋਂ ਰਾਮ ਪਰਮੇਸ਼ਰ ਦੇ ਹਰ ਹਰ ਨਾਮ ਨੂੰ ਧਿਆ ਰਹੇ ਆ ਅਤੇ ਧਿਆਉਂਦੇ ਆ। ਵਣ ਦੀ ਨਿਆਈ ਸਰੀਰ, ਤ੍ਰਿਣ ਦੀ ਨਿਆਈ ਇੰਦਰੀਏ, ਸਾਰੇ ਮੁਖੀ ਹਰੀ ਪਰਮੇਸ਼ਰ ਦੇ ਰਾਮ ਨਾਮ ਨੂੰ ਧਿਆਉਂਦੇ ਆ। ਨਾਨਕ ਤੇ ਹਰ ਦਰ ਪੈ ਨਾ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੀ ਜਿੰਦੇ ਉਹਨਾਂ ਪੁਰਸ਼ਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਪਹਿਨਾਇਆ ਵਡਿਆਇਆ ਜਾਂਦਾ, ਸਤਿਕਾਰਿਆ ਜਾਂਦਾ, ਉਹਨਾਂ ਨੂੰ ਹਰੀ ਦੇ ਦਰ ਵਿੱਚ ਜਸ ਰੂਪੀ ਪੁਸ਼ਾਕ ਸਿਰਪਾਓ ਪਹਿਨਾਇਆ ਜਾਂਦਾ, ਜਿਹੜੇ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਪਰਮੇਸ਼ਰ ਦੀ ਭਗਤੀ ਵਿੱਚ ਆਪਣੇ ਮਨ ਹਿਰਦੇ ਨੂੰ ਲਾਉਂਦੇ ਆ। ਬਿਹਾਗੜਾ ਮਹੱਲਾ ਚੌਥਾ, ਜਿਨ ਹਰ ਹਰ ਨਾਮ ਨਾ ਚੇਤੇ ਹੋ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ। ਹੇ ਸਾਡੀ ਜਿੰਦੜੀਏ ਜਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੇ ਹਰੇ ਭਰੇ ਕਰਨ ਵਾਲੇ ਨਾਮ ਨੂੰ ਚੇਤੇ ਨਹੀਂ ਕੀਤਾ ਉਹ ਮਨਮੁਖ ਰਾਮ ਦੇ ਨਾਮ ਤੋਂ ਭੁੱਲੇ ਹੋਏ, ਮੂਰਖ ਅਤੇ ਸ਼ਾਸਤਰ ਗਿਆਨ ਤੋਂ ਰਹਿਤ ਇਆਣੇ ਅਣਜਾਣ ਹਨ। ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹੇ ਸਾਡੀ ਜਿੰਦੜੀਏ ਭਾਵ ਜਿੰਦ ਜਾਨ, ਜਿਹੜੇ ਜੀਵ ਮਾਇਆ ਦੇ ਮੋਹ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਲਾਉਂਦੇ ਆ ਉਹ ਅੰਤ ਅਖੀਰ ਨੂੰ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਛਤਾਣੇ ਪਛਚਾਤਾਪ ਕਰਦੇ ਹੋਏ ਦੁਨੀਆਂ ਤੋਂ ਚਲੇ ਗਏ। ਹਰ ਦਰਗਹਿ ਢੋਈ ਨਾ ਲਹਿਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ। ਹੇ ਮੇਰੀ ਸਾਡੀ ਜਿੰਦੜੀਏ ਜਿੰਦੇ, ਉਹ ਪੁਰਸ਼ ਹਰੀ ਦੀ ਦਰਗਾਹ ਨਿਆਇ ਸਭਾ ਵਿੱਚ ਢੋਈ ਆਸਰਾ ਨਹੀਂ ਲੈ ਸਕਦੇ ਜਿਹੜੇ ਮਨਮੁਖ ਪੁਰਸ਼ ਰਾਮ ਨੂੰ ਵਿਸਾਰ ਕੇ ਪਾਪ ਮੰਦ ਕਰਮ ਕਰਨ ਵਿੱਚ ਲੁਭਾਣੇ ਕਹੀਏ ਲੁਭਾਏ ਮਨ ਹੋ ਰਹੇ। ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਸਾਡੀ ਜਿੰਦੜੀਏ ਜਿੰਦੇ, ਉਹ ਜਨ ਪੁਰਖ ਗੁਰਾਂ ਨਾਲ ਮਿਲ ਕੇ ਉਭਰੇ ਬਚ ਗਏ, ਜੋ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹਰੀ ਨਾਮ ਵਿੱਚ ਹੀ ਸਮਾ ਗਏ। ਸਭ ਜਾਏ ਮਿਲੋ ਸਤਿਗੁਰੂ ਕਉ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿਰੜਾਵੈ ਰਾਮ। ਹੇ ਸਾਡੀ ਜਿੰਦੇ, ਸਾਰੇ ਜਾ ਕੇ ਸਤਿਗੁਰੂ ਸਾਹਿਬ ਜੀ ਨੂੰ ਮਿਲਣਾ ਕਰੋ, ਜੋ ਰਾਮ ਪਰਮੇਸ਼ਰ ਸਰੂਪ ਸਤਿਗੁਰੂ ਜੀ ਹਨ, ਉਹ ਹਰ ਹਰ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਵਾਉਂਦੇ ਆ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਹੇ ਸਾਡੀ ਜਿੰਦੜੀਏ ਜਿੰਦੇ, ਇਸ ਕਰਕੇ ਹਰੀ ਨਾਮ ਜਪਣ ਲੱਗਿਆਂ ਇੱਕ ਛਿਨ ਭਰ ਵੀ ਢਿੱਲ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਮਤਾਂ ਜਾਣਿਆ ਜਾਵੇ ਕਿ ਹੋਰ ਦੂਜਾ ਸਾਹ ਆਵੇਗਾ ਜਾਂ ਨਹੀਂ ਆਵੇਗਾ। ਇਸ ਕਰਕੇ ਰਾਮ ਨਾਮ ਜਪਣ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ, ਅਰਥਾਤ ਪਤਾ ਨਹੀਂ ਕਿ ਇਹੋ ਹੀ ਆਖਰੀ ਸਾਹ ਹੋਵੇ, ਇਸ ਪਿੱਛੋਂ ਮੌਤ ਹੋ ਜਾਵੇ। ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿੱਤ ਆਵੈ ਰਾਮ। ਹੇ ਮੇਰੀ ਜਿੰਦੜੀਏ ਜਿੰਦੇ, ਉਹ ਵੇਲਾ ਸਮਾਂ, ਉਹ ਮੂਰਤ ਮਹੂਰਤ ਦੋ ਘੜੀਆਂ ਦਾ ਸਮਾਂ, ਉਹ ਇੱਕ ਘੜੀ, ਉਹ ਮੋਹਤ ਅੱਧੀ ਘੜੀ ਸਫਲੀ ਹੈ, ਜਿਸ ਵਿੱਚ ਮੇਰਾ ਰਾਮ ਰਮਿਆ ਹੋਇਆ ਪਰਮੇਸ਼ਰ ਚੇਤੇ ਆਉਂਦਾ ਹੈ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੀ ਸਾਡੀ ਜਿੰਦੜੀਏ ਜਿੰਦੇ, ਜਿਨ੍ਹਾਂ ਜਨ ਪੁਰਸ਼ਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹ ਰਾਮ ਪਰਮੇਸ਼ਰ ਰੂਪ ਹੋ ਗਏ, ਅਤੇ ਜਮਕੰਕਰ ਜਮਾਂ ਦੇ ਦੂਤ ਉਹਨਾਂ ਦੇ ਨੇੜੇ ਨਜ਼ਦੀਕ ਵੀ ਨਹੀਂ ਆ ਸਕਦੇ। ਹਰ ਵੇਖੈ ਸੁਣੈ ਨਿੱਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮੱਤੇ ਰਾਮ। ਹੇ ਮੇਰੀ ਸਾਡੀ ਜਿੰਦੜੀਏ ਜਿੰਦੇ, ਪਰਮੇਸ਼ਰ ਸਾਰਿਆਂ ਦੀਆਂ ਕਰਤੂਤਾਂ ਨੂੰ ਵੇਖ ਰਿਹਾ ਅਤੇ ਸਾਰਾ ਕੁਝ ਗੁਪਤ ਗੱਲਾਂ ਆਦਿ ਨਿਤਾ ਪ੍ਰਤੀ ਸੁਣ ਰਿਹਾ, ਪਰ ਡਰਦੇ ਤਾਂ ਉਹ ਹਨ ਜਿਨ੍ਹਾਂ ਨੇ ਰਾਮ ਪਰਮੇਸ਼ਰ ਤੋਂ ਬੇਮੁੱਖ ਹੋ ਕੇ ਪਾਪ ਮੰਦ ਕਰਮ ਕਮੱਤੇ ਕੀਏ ਕਮਾਉਣੇ ਕੀਤੇ ਆ। ਜਿਸ ਅੰਤਰ ਹਿਰਦਾ ਸੁੱਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁੱਟ ਘੱਤੇ ਰਾਮ। ਹੇ ਸਾਡੀ ਜਿੰਦੜੀਏ ਜਿੰਦੇ, ਜਿਸ ਪੁਰਸ਼ ਦਾ ਅੰਦਰੋਂ ਹਿਰਦਾ ਅੰਤਹਿ ਕਰਨ ਸੁੱਧ ਨਿਰਮਲ ਹੈ, ਉਸ ਜਨ ਪੁਰਸ਼ ਨੇ ਰਾਮ ਦੇ ਨਾਮ ਮਿਲ ਕੇ ਸਾਰੇ ਡਰ ਭੈ ਜਿਹੜੇ ਆ ਸੁੱਟ ਘੱਤੇ ਆ। ਹਰ ਨਿਰਭਉ ਨਾਮ ਪਤੀਜਿਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਹੇ ਸਾਡੀ ਜਿੰਦੜੀਏ, ਜਿਨ੍ਹਾਂ ਦਾ ਮਨ ਨਿਰਭਉ ਭੈ ਤੋਂ ਰਹਿਤ ਪਰਮੇਸ਼ਰ ਦੇ ਨਾਮ ਵਿੱਚ ਪਤੀਜ ਗਿਆ, ਮੰਨ ਗਿਆ ਹੈ, ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈ ਤਾਂ ਉਹ ਸਾਰੇ ਝੱਖ ਮਾਰਨ ਝੱਖਾਂ ਹੀ ਮਾਰਦੇ ਅਤੇ ਰਾਮ ਤੋਂ ਬੇਮੁੱਖ ਦੁਸ਼ਟ ਭੈੜੇ ਸੁਭਾਅ ਦੇ
ਕੁਪੱਤੇ ਭਾਵ ਬੇਪੱਤਿਆ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੀ ਸਾਡੀ ਜਿੰਦੇ, ਅਸਾਂ ਨੇ ਗੁਰਪੂਰਾ ਪੂਰਨ ਗੁਰਾਂ ਨੂੰ ਸੇਵਨਾ ਕੀਤਾ ਹੈ, ਜਿਨ੍ਹਾਂ ਰਾਮ ਸਰੂਪ ਗੁਰਾਂ ਨੇ ਸਾਰੇ ਹੀ ਆਪਣੇ ਪੈਰੀ ਚਰਨੀ ਲਿਆ ਕੇ ਕੱਤੇ ਪਾ ਲਏ ਹਨ। ਸੋ ਐਸਾ ਹਰ ਨਿੱਤ ਸੇਵੀਐ ਮੇਰੀ ਜਿੰਦੜੀਏ, ਜੋ ਸਬਦੂ ਸਾਹਿਬ ਵੱਡਾ ਰਾਮ। ਹੇ ਮੇਰੀ ਸਾਡੀ ਜਿੰਦੇ, ਉਹ ਐਸਾ ਅਜਿਹਾ ਪਰਮੇਸ਼ਰ ਨਿਤਾ ਪ੍ਰਤੀ ਹੀ ਸੇਵਨਾ ਕਰੀਏ, ਜਿਹੜਾ ਪਰਮੇਸ਼ਰ ਸਾਰਿਆਂ ਤੋਂ ਵੱਡਾ ਅਤੇ ਸਭ ਦਾ ਮਾਲਕ ਹੈ। ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ, ਤਿਨਾ ਨਾਹੀਂ ਕਿਸੈ ਦੀ ਕਿਸ ਚੱਡਾ ਰਾਮ। ਹੇ ਮੇਰੀ ਸਾਡੀ ਜਿੰਦੇ, ਜਿਨ੍ਹਾਂ ਨੇ ਇੱਕ ਮਨ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਅਦਵੈਤ ਸਰੂਪ ਨੂੰ ਅਰਾਧਿਆ ਹੈ, ਉਹਨਾਂ ਰਾਮ ਦੇ ਪਿਆਰਿਆਂ ਨੂੰ ਕਿਸੇ ਦੀ ਕੁਝ ਵੀ ਚੱਡਾ ਦੀ ਪਰਵਾਹ ਚਾਹਨਾ ਨਹੀਂ ਆ। ਗੁਰ ਸੇਵੇ ਹੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਚੱਖ ਮਾਰਨ ਸਭ ਨਿੰਦਕ ਘੰਡਾ ਰਾਮ। ਹੇ ਮੇਰੀ ਸਾਡੀ ਜਿੰਦੜੀਏ, ਜਿਨ੍ਹਾਂ ਨੇ ਗੁਰਾਂ ਨੂੰ ਸੇਵਨਾ ਕੀਤਾ ਹੈ, ਉਹਨਾਂ ਨੇ ਹਰੀ ਦੇ ਮਹਿਲ ਸਰੂਪ ਨੂੰ ਪਾਉਣਾ ਕੀਤਾ ਹੈ। ਰਾਮ ਪਰਮੇਸ਼ਰ ਤੋਂ ਬੇਮੁੱਖ ਨਿੰਦਕ ਨਿੰਦਿਆ ਕਰਨ ਵਾਲੇ ਅਤੇ ਘੰਡਾ ਮੂਰਖ ਪੁਰਸ਼ ਸਾਰੇ ਚੱਕਾਂ ਹੀ ਮਾਰਦੇ ਆ, ਵਿਅਰਥ ਹੀ ਬੋਲਦੇ ਆ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਧੁਰ ਮਸਤਕ ਹਰ ਲਿਖ ਛੱਡਾ ਰਾਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੇਰੀ ਸਾਡੀ ਜਿੰਦੜੀਏ, ਜਿੰਦੇ ਜਿਨ੍ਹਾਂ ਪੁਰਸ਼ਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੂੰ ਰਾਮ ਰਮੇ ਹੋਏ ਹਰੀ ਨੇ ਧੁਰੋਂ ਦਰਗਾਹ ਤੋਂ ਹੀ ਮੱਥੇ ਉੱਪਰ ਨਾਮ ਜਪਣ ਦਾ ਲੇਖ ਲਿਖ ਛੱਡਾ ਭਾਵ ਛੱਡਿਆ ਪਾਇਆ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।